ਤੁਹਾਨੂੰ ਦੱਸ ਦਈਏ 500 ਤੋਂ 600 ਬੱਚਿਆਂ ਦਾ ਇਹ ਕੰਪੀਟੀਸ਼ਨ ਸੀ ਜਿਸ 'ਚੋਂ ਬੱਚੀ ਸਿਲੈਕਟ ਹੋ ਕੇ ਦੂਸਰਾ ਦਰਜਾ ਪ੍ਰਾਪਤ ਕਰਦੀ ਹੈ। ਲੇਕਿਨ ਉਸ ਨੂੰ ਅਚਾਨਕ ਰਾਤ ਦੇ 10:15 ਵਜੇ ਫੋਨ ਆ ਜਾਂਦਾ ਹੈ। ਕਿਸ ਤਰ੍ਹਾਂ ਫੋਨ ਆਇਆ, ਕਿਸ ਤਰ੍ਹਾਂ ਸਿਲੈਕਸ਼ਨ ਹੋਈ ਸੀ? ਸੀਐਮ ਸਾਹਿਬ ਵੱਲੋਂ ਅੱਜ ਸਾਨੂੰ ਆਨਰ ਕਰਨਾ ਸੀ ਤੇ ਕਿਉਂਕਿ ਉਹ ਕੌਨਫੀਡੈਂਸ਼ੀਅਲ ਲੋਗੋ ਸੀ ਉਹ ਤਾਂ ਉਹਦੇ ਬਾਰੇ ਦੱਸਿਆ ਨਹੀਂ, ਬਟ ਸਾਨੂੰ ਆਨਰ ਕਰਨਾ ਸੀ। ਮੇਰੀ ਸੈਕਿੰਡ ਪੋਜੀਸ਼ਨ ਆਈ ਸੀ। ਅਸੀਂ ਉੱਥੇ ਪੂਰਾ ਦਿਨ ਰੁਕੇ ਹਾਂ, ਸਾਨੂੰ ਇੰਨਾ ਕੁਛ ਉੱਥੇ ਦੱਸਿਆ ਨਹੀਂ ਹੈਗਾ। ਬੇਟਾ ਜਿਵੇਂ ਤੁਹਾਡੀ ਸਿਲੈਕਸ਼ਨ ਹੋਈ ਸੀ 500-600 ਬੱਚਿਆਂ ਦੇ ਵਿੱਚੋਂ ਸੈਕਿੰਡ ਪੋਜੀਸ਼ਨ ਆਈ ਸੀਗੀ, ਉਸ ਵੇਲੇ ਤੁਸੀਂ ਕੀ ਦਿਮਾਗ ਵਿੱਚ ਸੋਚ ਕੇ ਚੱਲੇ ਸੀਗੇ ਵੀ ਅੱਜ ਮੈਂ ਤਿਆਰ ਕਰ ਰਹੀ ਹਾਂ ਲੋਗੋ, ਇਹ ਮੁੱਖ ਮੰਤਰੀ ਸਾਹਿਬ ਦੇ ਹੱਥ 'ਚ ਹੋਏਗਾ, ਤੁਹਾਡੀ ਤਸਵੀਰਾਂ ਹੋਣਗੀਆਂ, ਤੁਹਾਡੀ ਗੱਲਬਾਤ ਹੋਏਗੀ, ਮਨ ਦੇ ਵਿੱਚ ਚਾਹ ਤਾਂ ਬਹੁਤ ਹੋਣਗੇ। ਫੰਕਸ਼ਨ 'ਚ ਕਿਸੇ ਜੇ ਸਰਕਾਰੀ ਫੰਕਸ਼ਨ 'ਚ ਜਾਣਾ ਹੁੰਦਾ, ਕੋਈ ਖਾਸ ਤੌਰ 'ਤੇ ਪਾਸ ਮਿਲਦਾ, ਇਨਵੀਟੇਸ਼ਨ ਮਿਲਦਾ, ਉਹ ਵੀ ਤੁਹਾਨੂੰ ਮਿਲਿਆ ਸੀਗਾ? ਆਡੀਟੋਰੀਅਮ ਦਾ ਐਂਟਰੀ ਪਾਸ ਮਿਲਿਆ ਸੀ, ਲੈਟਰ ਵੀ ਆਇਆ ਸੀ ਜੀ, ਇਸ ਲਈ ਅਸੀਂ ਫਿਰ ਉਹਨਾਂ ਨੇ ਖੁਦ ਫੋਨ ਕਰਕੇ ਇਨਵਾਈਟ ਵੀ ਕੀਤਾ ਸੀ। ਅੱਜ ਪੰਜਾਬ ਸਰਕਾਰ ਵੱਲੋਂ 117 ਸਕੂਲ ਆਫ ਐਮੀਨਾਰਸ ਪ੍ਰੋਜੈਕਟ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਮੋਹਾਲੀ ਦੇ ਵਿੱਚ ਦੇ 117 ਸਕੂਲਾਂ ਦੇ ਬੱਚਿਆਂ ਨੂੰ ਉੱਥੇ ਬੁਲਾਇਆ ਗਿਆ ਸੀਗਾ, ਇਸ ਸਕੂਲ ਦੇ ਫੰਕਸ਼ਨ ਦੇ ਵਿੱਚ ਇਨਵਾਈਟ ਕੀਤਾ ਗਿਆ ਸੀਗਾ। ਉੱਥੇ ਸਕੂਲੀ ਬੱਚੇ ਵੱਖ ਵੱਖ ਪ੍ਰੋਜੈਕਟ ਲੈ ਕੇ ਪਹੁੰਚ ਰਹੇ ਨੇ ਅਤੇ ਆਪਣਾ ਜਿਹੜਾ ਤਿਆਰ ਕੀਤਾ ਹੋਇਆ ਪ੍ਰੋਜੈਕਟ ਹੈ ਉਹ ਮੁੱਖ ਮੰਤਰੀ ਸਾਹਿਬ ਦੇ ਅੱਗੇ ਪੇਸ਼ ਕਰਨਗੇ, ਜਿਨ੍ਹਾਂ ਦੇ ਤਹਿਤ ਸਕੂਲ ਆਫ ਐਮੀਨਾਰਸ ਪ੍ਰੋਜੈਕਟ ਜਿਹੜਾ ਹੈਗਾ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਅੱਜ ਲਾਂਚ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ, ਅਤੇ ਪੰਜਾਬ ਨੂੰ 117 ਸਕੂਲ ਆਫ ਐਮੀਨਾਰਸ ਦੇਣੇ ਨੇ। ਲੇਕਿਨ ਇਹ ਸਭ ਦੇ ਵਿੱਚ ਗੱਲ ਇਹ ਹੈ ਵੀ ਜਿਹੜੇ ਬੱਚੇ ਉਤਸ਼ਾਹਿਤ ਹੋ ਕੇ ਇਹਨਾਂ ਪ੍ਰੋਗਰਾਮਾਂ 'ਚ ਪਹੁੰਚਦੇ ਨੇ, ਉਹਨਾਂ ਦੇ ਦਿਲ ਵਿੱਚ ਕਿੰਨੇ ਚਾਅ ਹੁੰਦੇ ਨੇ ਕਿ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲਾਂਗੇ, ਉਹਨਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਦਾ ਤਸਵੀਰ ਖਿਚਵਾਵਾਂਗੇ ਅਤੇ ਉਹਨਾਂ ਤੋਂ ਸਨਮਾਨ ਲਵਾਂਗੇ। ਇਸ ਸਭ ਦੇ ਵਿੱਚ ਪਟਿਆਲਾ ਦੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਨ ਵਾਲੀ ਬੱਚੀ ਵੱਲੋਂ ਇੱਕ ਲੋਗੋ ਤਿਆਰ ਕੀਤਾ ਗਿਆ ਸੀਗਾ, ਜਿਸ ਕਰਕੇ ਉਸ ਨੂੰ ਉੱਥੇ ਇਨਵਾਈਟ ਵੀ ਕੀਤਾ ਗਿਆ। ਤੁਹਾਨੂੰ ਦੱਸ ਦਈਏ 500 ਤੋਂ 600 ਬੱਚਿਆਂ ਦਾ ਇਹ ਕੰਪੀਟੀਸ਼ਨ ਸੀ ਜਿਸ 'ਚ ਉਹ ਬੱਚੀ ਸਿਲੈਕਟ ਹੋ ਕੇ ਦੂਸਰਾ ਦਰਜਾ ਪ੍ਰਾਪਤ ਕਰਦੀ ਹੈ। ਲੇਕਿਨ ਉਸ ਨੂੰ ਅਚਾਨਕ ਰਾਤ ਦੇ 10:15 ਵਜੇ ਫੋਨ ਆ ਜਾਂਦਾ ਹੈ ਕਿ ਤੁਹਾਨੂੰ ਅੱਜ ਨਹੀਂ ਆਉਣਾ ਹੈਗਾ। ਗੱਲ ਕਰਦੇ ਕਿਰਨਜੋਤ ਨਾਲ। ਕਿਰਨਜੋਤ ਬੇਟਾ, ਪਹਿਲਾਂ ਤਾਂ ਇਸ ਗੱਲ ਦਾ ਸਾਨੂੰ ਵੀ ਖੇਦ ਹੈ ਕਿ ਤੁਹਾਨੂੰ ਬੁਲਾਉਂਦੇ ਬੁਲਾਉਂਦੇ ਰੋਕ ਲਿਆ, ਕਿਸ ਤਰ੍ਹਾਂ ਫੋਨ ਆਇਆ, ਕਿਸ ਤਰ੍ਹਾਂ ਸਿਲੈਕਸ਼ਨ ਹੋਈ ਸੀ? ਸਿਲੈਕਸ਼ਨ ਹੋਈ, ਤੁਹਾਨੂੰ ਬੁਲਾਇਆ ਗਿਆ ਸੀਗਾ ਜੀ? ਮਤਲਬ ਅਸੀਂ ਅੱਜ ਉੱਥੇ ਜਾਣਾ ਸੀ, ਸੀਐਮ ਸਾਹਿਬ ਵੱਲੋਂ ਅੱਜ ਸਾਨੂੰ ਆਨਰ ਕਰਨਾ ਸੀ ਤੇ ਕਿਉਂਕਿ ਉਹ ਕੌਨਫੀਡੈਂਸ਼ੀਅਲ ਲੋਗੋ ਸੀ ਉਹ ਤਾਂ ਉਹਦੇ ਬਾਰੇ ਦੱਸਿਆ ਨਹੀਂ, ਬਟ ਸਾਨੂੰ ਆਨਰ ਕਰਨਾ ਸੀ। ਮੇਰੀ ਸੈਕਿੰਡ ਪੋਜੀਸ਼ਨ ਆਈ ਸੀ ਔਰ ਅਸੀਂ ਕੱਲ੍ਹ ਰਿਹਰਸਲ ਵਾਸਤੇ ਵੀ ਗਏ ਸੀ ਤੇ ਅਸੀਂ ਉੱਥੇ ਪੂਰਾ ਦਿਨ ਰੁਕੇ ਹਾਂ, ਸਾਨੂੰ ਇੰਨਾ ਕੁਛ ਉੱਥੇ ਦੱਸਿਆ ਨਹੀਂ ਹੈਗਾ। ਮੋਹਾਲੀ ਜਿੱਥੇ ਇਹ ਫੰਕਸ਼ਨ ਹੋ ਰਿਹਾ ਉੱਥੇ ਰਿਹਰਸਲ ਕਰਵਾਈ ਗਈ ਤੁਹਾਡੀ ਕੱਲ੍ਹ? ਹਾਂਜੀ ਜੀ। ਤੇ ਅਸੀਂ ਉੱਥੇ ਕੱਲ੍ਹ 7:15 ਵਜੇ ਆਏ ਹਾਂ, ਸਾਨੂੰ ਉੱਥੇ ਫਿਲਹਾਲ ਕੁਛ ਨਹੀਂ ਦੱਸਿਆ ਤੇ ਅਸੀਂ ਜੋ ਜਾਣ ਲੱਗੇ ਸਾਨੂੰ ਕਿਹਾ ਵੀ ਸੀ ਕਿ ਅਸੀਂ ਕੱਲ੍ਹ ਆਉਣਾ ਤੇ ਸਾਨੂੰ ਰਾਤੀ 7:15 ਵਜੇ ਫੋਨ ਆ ਗਿਆ ਕਿ ਹੁਣ ਸਾਨੂੰ ਓਨਰ ਨਹੀਂ ਕਰਨਾ। ਫੋਨ ਕਿੱਥੋਂ ਆਇਆ? ਸਕੂਲ ਵੱਲੋਂ ਆਇਆ ਸੀ ਜਾਂ ਸੀਐਮ ਆਫਿਸ ਤੋਂ ਆ ਰਿਹਾ? ਫੋਨ ਮੈਨੂੰ ਤਾਂ ਮੇਰੇ ਟੀਚਰ ਦੇ ਵੱਲੋਂ ਫੋਨ ਆਇਆ ਸੀ ਜੀ, ਉਹਨਾਂ ਨੂੰ ਤੇ ਉਹਨਾਂ ਨੂੰ ਉੱਪਰੋਂ ਦੀ ਫੋਨ ਆਇਆ ਸੀ ਸ਼ਾਇਦ, ਤੇ ਪਹਿਲਾਂ ਸਾਡੇ ਟੀਚਰਸ ਨੂੰ ਮਨਾ ਕਰ ਦਿੱਤਾ ਸੀ ਆਉਣ ਲਈ, ਫਿਰ ਬਾਅਦ ਵਿੱਚ ਸਾਨੂੰ ਕਰ ਦਿੱਤਾ ਸੀ ਮਨਾ। ਬੇਟਾ ਜਿਵੇਂ ਤੁਹਾਡੀ ਸਿਲੈਕਸ਼ਨ ਹੋਈ ਸੀ 500-600 ਬੱਚਿਆਂ ਦੇ ਵਿੱਚੋਂ ਸੈਕਿੰਡ ਪੋਜੀਸ਼ਨ ਆਈ ਸੀਗੀ, ਉਸ ਵੇਲੇ ਤੁਸੀਂ ਕੀ ਦਿਮਾਗ ਵਿੱਚ ਸੋਚ ਕੇ ਚੱਲੇ ਸੀਗੇ ਵੀ ਅੱਜ ਮੈਂ ਤਿਆਰ ਕਰ ਰਹੀ ਹਾਂ ਲੋਗੋ, ਇਹ ਮੁੱਖ ਮੰਤਰੀ ਸਾਹਿਬ ਦੇ ਹੱਥ 'ਚ ਹੋਏਗਾ, ਤੁਹਾਡੀ ਤਸਵੀਰਾਂ ਹੋਣਗੀਆਂ, ਤੁਹਾਡੀ ਗੱਲਬਾਤ ਹੋਏਗੀ, ਮਨ ਦੇ ਵਿੱਚ ਚਾਹ ਤਾਂ ਬਹੁਤ ਹੋਣਗੇ? ਮਨ ਦੇ ਵਿੱਚ ਚਾਹ ਤਾਂ ਬਹੁਤ ਸੀ, ਮੀਨਸ ਕਿ ਉਹਨਾਂ ਨੂੰ ਮਿਲਣਾ ਸੀ, ਮਤਲਬ ਉਹਨਾਂ ਦੇ ਵੱਲੋਂ ਓਨਰ ਕੀਤਾ ਜਾ ਰਿਹਾ ਸੀ, ਬਹੁਤ ਜ਼ਿਆਦਾ ਖੁਸ਼ੀ ਸੀ ਜੀ ਤੇ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਸੀ, ਸਕੂਲ ਨੂੰ ਖੁਸ਼ੀ ਸੀ, ਰਿਲੇਟਿਵਸ ਨੇਬਰ ਸਾਰਿਆਂ ਨੂੰ ਖੁਸ਼ੀ ਸੀ। ਫੰਕਸ਼ਨ 'ਚ ਕਿਸੇ ਜੇ ਸਰਕਾਰੀ ਫੰਕਸ਼ਨ 'ਚ ਜਾਣਾ ਹੁੰਦਾ, ਕੋਈ ਖਾਸ ਤੌਰ 'ਤੇ ਪਾਸ ਮਿਲਦਾ, ਇਨਵੀਟੇਸ਼ਨ ਮਿਲਦਾ, ਉਹ ਵੀ ਤੁਹਾਨੂੰ ਮਿਲਿਆ ਸੀਗਾ? ਹਾਂਜੀ, ਐਂਟਰੀ ਆਡੀਟੋਰੀਅਮ ਦਾ ਐਂਟਰੀ ਪਾਸ ਮਿਲਿਆ ਸੀ ਜੀ, ਲੈਟਰ ਵੀ ਆਇਆ ਸੀ ਜੀ, ਇਸ ਲਈ ਅਸੀਂ ਫਿਰ ਉਹਨਾਂ ਨੇ ਖੁਦ ਫੋਨ ਕਰਕੇ ਇਨਵਾਈਟ ਵੀ ਕੀਤਾ ਸੀ। ਸੋ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਕਿਹਾ ਜਾਂਦਾ ਹੈ ਕਿ ਬੇਟੀ ਪੜਾਓ ਬੇਟੀ ਬਚਾਓ, ਉਸ ਸਲੋਗਨ ਦੇ ਅੰਦਰ ਪੰਜਾਬ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਦੇ ਉੱਪਰ ਖਾਸ ਧਿਆਨ ਦੇਣ ਦੀ ਗੱਲ ਕੀਤੀ ਜਾਂਦੀ ਹੈ, ਅਤੇ ਨਾਲ ਹੀ ਪੰਜਾਬ ਸਰਕਾਰ ਇਹ ਕਹਿੰਦੇ ਵੀ ਸਾਡੇ ਸਕੂਲ ਪ੍ਰਾਈਵੇਟ ਸਕੂਲਾਂ ਤੋਂ ਬਿਹਤਰ ਹੋਣਗੇ, ਪ੍ਰਾਈਵੇਟ ਸਕੂਲਾਂ ਦੇ ਬੱਚੇ ਜਿਹੜੇ ਹੈਗੇ ਨੇ ਉਹ ਬਿਹਤਰ ਹੋਣਗੇ ਅਤੇ ਆਪਣੇ ਆਪ ਨੂੰ ਕਿਸੇ ਵੀ ਪ੍ਰਾਈਵੇਟ ਸਕੂਲ ਤੋਂ ਘੱਟ ਨਹੀਂ ਸਮਝਣਗੇ। ਉਸ ਵਿੱਚ ਬੱਚਿਆਂ ਵੱਲੋਂ ਤਾਂ ਪਹਿਲ ਕੀਤੀ ਜਾ ਰਹੀ ਹੈ, ਜਿਵੇਂ ਕਿ ਇਸ ਬੱਚੀ ਨੇ ਲੋਗੋ ਤਿਆਰ ਕਰਕੇ ਵਿਖਾਇਆ ਅਤੇ ਉਸ ਲੋਗੋ ਨੂੰ ਸੈਕਿੰਡ ਪੋਜੀਸ਼ਨ ਵੀ ਮਿਲੀ ਅਤੇ ਇਹਨੂੰ ਕੌਨਫੀਡੈਂਸ਼ੀਅਲ ਦੱਸਿਆ ਜਾ ਰਿਹਾ ਜਿਹੜਾ ਕਿ ਅੱਜ ਸੀਐਮ ਸਾਹਿਬ ਵੱਲੋਂ ਸਨਮਾਨਿਤ ਕੀਤਾ ਜਾਣਾ ਸੀ। ਲੇਕਿਨ ਐਨ ਮੌਕੇ 'ਤੇ ਆ ਕੇ ਜਦੋਂ ਇਹਨੇ ਪੂਰੀਆਂ ਤਿਆਰੀਆਂ ਹੋ ਗਈ, ਰਿਹਰਸਲ ਹੋ ਗਈ ਅਤੇ ਜਵਾਬ ਦੇ ਦਿੱਤਾ ਗਿਆ। ਤੁਹਾਨੂੰ ਉਹ ਲੈਟਰ ਵੀ ਦਿਖਾਉਂਦਾ ਜੋ ਬੱਚੀ ਦੇ ਪਿਤਾ ਜੀ ਦੇ ਹੱਥ ਦੇ ਵਿੱਚ ਹੈਗਾ। ਇਹ ਲੈਟਰ ਹੈਗਾ ਜੀ ਪੰਜਾਬ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ
जिदे विच तुसी नीचे देख सकते हो लड़ीवार तरीके दे नाल नाम दिते गए ने। पहला नंबर हैगा जी शरणप्रीत सिंह दा, जो कि मोहाली का रहने वाला, तो पटियाला का दूजा दर्जा किरणजोत कौर। ये बच्ची साढ़े नाल जिहड़ी खड़ी है, ये किरणजोत कौर ही है, बारहवीं क्लास की यह विद्यार्थन हैगी है, तो जिसने अज उत्थे स्कूल पहुँच के जिहड़ा फंक्शन चल रहा है इस वेले उहदे विच शिरकत करनी सीगी, उहदे विच अपना जिहड़ा प्रोजैक्ट उह दिखाउणा सीगा। उस तों बाद सीएम सरदार भगवंत सिंह मान वल्लों उहनां नूं सन्मानित किया जाणा सीगा। जदों वीर जी तुहाडे नाल गल करदा, जदों घर के किसी बच्चे इस तरह पंजाब के मुख्यमंत्री वालों सन्मानित किया जाना हो तो परिवार च बड़ी खुशी होंदी है। हुण किस तरह लग रहा जो जवाब आ गया? हुण बिल्कुल चंगा नहीं लग रहा जी, क्योंकि बच्ची नूं असीं बहुत उत्साह कर रहे सी वी बच्ची पढ़े जी, पर हुण जिद्दां दी साडे नाल हरकत हो रही है वी बच्ची नूं रात नूं जवाब आ जांदा वी कारण वी नहीं कोई हैगा वी क्यों नहीं उत्थे बुलाया जा रहा, क्यों नहीं सम्मानित किया जांदा। हुण असीं की कहांगे कि बच्ची पढ़ाओ? असीं तां नहीं कहांगे बच्ची पढ़ाओ। जिमें कि कहा जाता कि पंजाब सरकार ने खास तौर पर कहा कि साढ़े सरकारी स्कूल प्राइवेट स्कूलों तो वधिया नहीं, असं भी अपने बच्चे के वधिया भविख वास्ते अच्छा अच्छा स्कूल पालते हैं, तुम्हें सरकारी स्कूल च पढ़ाया है, बच्ची ने वो सिद्ध भी करके दिखाता, पढ़ाई च भी अव्वल है तो होर कामों भी अव्वल हैगी है, ताही इसकी सिलेक्शन हुई है। तो उस बाद जो इदा कुछ होंगे तो किस तरह लगता कि होर बच्चों को की ये प्रोसीड मिलेगी? हुण तां सीएम साहब नूं सोचना चाहिए भी की होया, अच्छ तां उन्होंने विश्वास किया पाया, हले भी सानूं विश्वास है उन्होंने भी जिहड़ा बच्ची का हक बनता है, जो बच्ची अपने आप सोचती सी कि मैनूं सीएम साहब सम्मानित करन, ते उहदी इह हले भी यही डिमांड है भी मैं होर किसी को नहीं लैना, सम्मान नहीं लैना, मैं सीएम साहब को लैना। बेटा तुहाडे नाल गल करदे आं, तुहाडे जिहड़े होर आंढ गुआंढ च लोग होणगे जिहड़े नाल रिश्तेदार होणगे सब नूं पता लगा होना भी तुसीं जाणा, हुण जाना कैंसल हो गया, उन्होंने वालों कोई आश्वासन दिता जा रहा, प्यार किया जा रहा, या कि तुम्हें लग रहा है कि यार हम मैं जवाब दूंगी? बुरा तो लग रहा है जी, मीनस पहला सारे नु पता सी कि असी जाना है तो हूँ एकदम मना हो गया तो बुरा लगता है थोड़ा यार। सो बच्ची माड़ी माड़ी अखा भी भर रही है, वो तो कोई गल नहीं, घबराना नहीं है, हले बहुत लंबे समय है, कहते बहुत कुछ जोड़ा है सामने देखना है, तो अगे भी हो सकता सीएम साहब वालों बुलावा आ जाए, असी भी यही कोशिश करांगे कि साडे माध्यम राही सीएम साहब तक आवाज आवे, इस बच्ची नूं स्पैशली बुला के इहदा सन्मान किया जाए, तो की कताई रह गई है किस तरह इहदा नाम जिहड़ा है कट्टिया गया उहदे उपर भी गौर किया जाए। बेटा होर की कुछ तैयार करना चाहुंदी हैगी अगे, जो कि पंजाब दा नाम स्कूल दा नाम रोशन करा जाए? अगे मैं लॉयर बनना सी ताकि दूसरियां दी हेल्प कर सकां। लॉयर बन के लोगों वास्ते तुसीं इंसाफ लई लड़ना सीगा? दिमाग ਹੈਗੇ ਸੀ 2-3 ਘੰਟੇ ਸਾਨੂੰ ਦਿੱਤੇ ਹੋਏ ਸੀ, ਤੇ ਮੀਨਸ ਆਪਣਾ ਖੁਦ ਦਾ ਡਿਜ਼ਾਈਨ ਕਰਨਾ ਸੀ, ਨੈਟ ਤੋਂ ਕਾਪੀ ਨਹੀਂ ਕਰਨਾ ਸੀ ਜੀ, ਤਾਂ ਫਿਰ ਉਹ ਬਣਾਇਆ ਸੀ, ਖੁਦ ਦਾ ਡਿਜ਼ਾਈਨ ਕੀਤਾ ਸੀ ਤੇ ਉਹ ਸੈਕਿੰਡ ਪੋਜੀਸ਼ਨ ਤੇ ਆ ਗਿਆ ਸੀ। ਹਾਂਜੀ, ਸੋ ਇਸ ਬੱਚੀ ਵੱਲੋਂ ਤਿਆਰ ਕੀਤਾ ਗਿਆ ਡਿਜ਼ਾਈਨ ਸੈਕਿੰਡ ਪੋਜੀਸ਼ਨ ਤੇ ਸੀਗਾ, ਜੋ ਕਿ ਇਸ ਬੱਚੀ ਨੇ ਦੱਸਿਆ ਕਿ ਉੱਥੇ ਜਿਹੜਾ ਕੁਛ ਘੰਟਿਆਂ ਦਾ ਸਮਾਂ ਦਿੱਤਾ ਗਿਆ ਸੀ ਉਸ ਦੇ ਵਿੱਚ ਇਸਨੇ ਤਿਆਰ ਕੀਤਾ। ਹੁਣ ਹਰ ਬੱਚੀ ਹੈ मन दे विच यही मलाल है कि जदों सानू फंक्शन विच बुलाया गया तां ऐन मौके रात नूं कैंसल क्यों किया गया? इस विच 500-700 बच्चा जिहड़ा हैगा पहुंचिया होया हैगा, तुहाडे तों इलावा होर भी किसे बच्चे दा नाम कट्टिया गया? मैनूं बस अपना पता, बाकी तो पता नहीं। अपना ही पता है। हांजी, फिलहाल क्योंकि फोन मैनूं आया सी, बाकी मैंने पूछा सी कि बाकी जो पोजीशन वाले बच्चे आ तां उहनां दा हले कुछ दस्या नहीं जी। सो बड़ा ही जिहड़ा हैगा इही जिहा मौका हैगा जदों बच्चा पूरी तैयारी च होवे वी जाणा है सीएम साहब नूं मिलना हैगा, तो उत्थे जा के इहनां दी तस्वीर भी होणी सी, उहनां नूं सन्मानित भी किया जाणा सीगा, लेकिन रुक गए एक फोन करके। ये फोन क्यों आया किस तरह ये जानदा विचार, लेकिन फिलहाल बच्ची दे हौसले जिहड़े हैगे ने उह दुरुस्त ने, अगे भी इस तरह काम करती रहेगी तो पंजाब का नाम पटियाले का नाम रोशन करती रहेगी। इस स्कूल दी बच्ची है, स्कूल की एक तस्वीर दिखा दा, बहुत वड्डा स्कूल है यह पटियाला का, जो कि सरकारी सैकेंडरी स्कूल हैगा, स्मार्ट स्कूल है, इस स्कूल दे विच बच्ची पढ़ती है, तो इस स्कूल दे विचों ही इस बच्ची ने इन्हां नाम नाल खटना सीगा कि सीएम साहब नाल अज तस्वीर होनी चाहिए, लेकिन रात 10:15 बजे इहनूं मैसेज मिलता कि तुसीं फंक्शन विच नहीं पहुँचना हैगा।
हालांकि बच्ची वालों हौसले जोड़े है हले भी बुलंद रह गए भी कोई गल नहीं एक जगह नाम कट गया अगर बहुत लंबा पेंडा है परंतु इस तरह क्यों होया यह भी वेखना होगा इस बच्ची की आवाज़ जी है असी सीएम साहब तक पहुँचा चाहते हैं कि इस बच्ची वास्ते ध्यान दो कि इस बच्ची क्यों नहीं बुलाया गया अगर ध्यान में आता है तो बच्ची को बुलावा दिता जाए स्कूल प्रशासन भी गल करते हैं उन्होंने की कहना है सुपर किस तरह सारी गलबात हुई मैडम जो बच्ची कह रही है कि मैं अब बुलाया गया हम बाद रिजैक्ट कर दिता है कि मामला सर रिजैक्ट नहीं किया शेड्यूल चेंज की गई है तो यह प्रोग्राम जो बच्चे सम्मानित करने वाला एम्बुलेंस वाला पोस्टपोन किया गया दोबारा मतलब दोबारा इस बारे कोई जानकारी नहीं दी स्टेट वालों यही स्नेहा लग्या कि भी बच्चा सवेरे कितने जल्दी निकलना पे रात को स्नेहा आया कि भी इन्हों का जो प्रोग्राम है इस बारे तो कोई जानकारी नहीं है कि पोस्टपोन क्यों किया गया मे बी कोई टाइम स्केड्यूल कोई चेंज आई हो इस बारे जानकारी नहीं है तो स्टेट ऑफिशियल नाल भी गल जी नहीं हो पा रही क्योंकि सारे शायद फंक्शन बिजी है तो आई थिंक पोस्टपोन ही किया गया इदा नहीं है कि बच्चे के नाल कोई धक्का जा कुछ होवे वाला कि भी बच्चे रिजैक्ट किया गया रिजैक्ट वाला तो शब्द ही नहीं है बच्चे की बकायदा सर वो प्रोग्राम जो एमिनेंस स्कूल्स है वो एम्बलम का वाला नहीं है वो एमिनेंस का प्रोग्राम चल रहा है सरकार 117 एमिनेंस के स्कूल बना रहे हैं तो अब स्कूल अनाउंस कर रहे हैं कि 117 स्कूल जो है एमिनेंस एमिनेंस पूरे पंजाब के विच अनाउंस हो रहे हैं आज उसके विच तुम्हारे स्कूल का भी नाम आ रहे हैं सर वो लिस्ट जी है वो स्कूल प्रिंसिपल से डीओज के नाल ही डिस्कस की गई बारे सानू लाइक जानकारी नहीं है मतलब कह सकते हैं कि ये प्रोग्राम पोस्टपोन किया गया उस बच्ची नु अजे गलत फहमी है हाँ जी हाँ जी गलत फहमी है थोड़ा होगा कि किसी बच्चे के नाल धक्का किया जाए बकायदा लैटर जी जारी हुई है सैकेंड पोजिशन जी अनाउंस हुई है तो एवं नहीं होगा कि भी बच्चे रिजैक्ट कर दिता ज बच्चे बच्चे किसी भी तरह का धक्का ज पार्शैलिटी ऐसा कुछ नहीं है नहीं सर इस बारे कोई नहीं सो किरणजोत बाबत असी स्कूल के स्टाफ नाल गल कीती ते मैडम गगनदीप का कहना है कि मैं संपर्क विच सी इस बच्ची नू रिजैक्ट नहीं किया गया इस प्रोग्राम च जाण तो सिर्फ जिहड़ा बुलावा वह कैंसल होया जिहड़ा इह इहनां नू सन्मानित करन दा प्रोग्राम हैगा वह पोस्टपोन किया गया आने वाले समय के बच्ची नू बुला के सन्मानित किया जाएगा इस दो बच्चे होर तीन बच्चों नू सन्मानित किया जाएगा सीएम साहब वालों या सीएम साहब के स्टाफ वालों तो हो सकता है कि यह बुलावा जल्दी आ जाए तो नाल ही मैडम ने यह भी किया कि यह जो स्कूल ऑफ एमिनेंस प्रोग्राम की अज उद्घाटन किया जा रहा है 117 स्कूल अनाउंस करने वो समागम चल रहा है लेकिन जो बच्चों सन्मानित करने का समागम है वह पोस्टपोन होया कैंसल होया